ਆਪਾਂ ਅੱਜ ਬੈਠਾਂਗੇ ਕਮੈਂਟਰੀ ਦੇ ਵਿੱਚ। ਮੈਨੂੰ ਕਹਿੰਦੇ ਹੋ ਜਾਓ ਤਿਆਰ, ਮੈਂ 5 ਮਿੰਟ ਲਾਏ ਕੁੜਤਾ ਪਜਾਮਾ ਪਾਉਣ ਨੂੰ। ਇੱਦਾਂ ਹੀ ਆ ਫਿਰ, ਬੜਾ ਟਾਈਮ ਨਹੀਂ ਲਾਈਦਾ ਬਾਈ। ਆ ਹੈਗੇ ਆ ਸਾਈਨ ਜ਼ਾਹਿਰ ਖਾਨ ਦੇ। ਚਲੋ ਜੀ, ਗੱਡੀ ਵਾਲਾ ਆ ਚੁੱਕਾ ਵਾ। ਆਪਾਂ ਵੀ ਕੱਪੜੇ ਕੁਪੜੇ ਮਾੜੇ ਮਾੜੇ ਬਦਲ ਲਏ ਆ ਅਤੇ ਹੁਣ ਆਪਾਂ ਚਲੀਏ। ਅਤੇ ਆ ਸਹੀ ਆ, ਹਾਂ ਸਹੀ ਆ, ਸਹੀ ਆ, ਸਹੀ ਆ। ਗੱਡੀ ਵਾਲਾ ਆ ਚੁੱਕਾ ਥੱਲੇ ਅਤੇ ਆਪਾਂ ਪਹੁੰਚੀਏ ਉੱਥੇ। ਉਹਦੇ ਪਰਦੇ ਬੰਦ ਹੋ ਗਏ ਨਾ, ਇੱਦਾਂ ਹੀ ਆ ਫਿਰ। ਅਤੇ ਲਓ ਜੀ, ਪਹੁੰਚ ਚੁੱਕੇ ਹਾਂ ਆਪਾਂ ਆਪਣੀ ਬਿਲਡਿੰਗ ਦੇ ਵਿੱਚ। ਅਤੇ ਸਮਾਂ ਹੋ ਚੁੱਕਾ, ਸ਼ਾਮ ਦੇ 6 ਵੱਜ ਚੁੱਕੇ ਆ। 6:30 ਵਜੇ ਸ਼ੁਰੂ ਹੋ ਜਾਣੀ ਆ ਆਪਣੀ ਜਿਹੜੀ ਕਮੈਂਟਰੀ ਵਗੈਰਾ ਹੈਗੀ ਆ। ਅਤੇ 7 ਵਜੇ ਦੇ ਕਰੀਬ ਜਿਹੜਾ ਕਿ ਆ ਮੈਚ ਸ਼ੁਰੂ ਹੋ ਜਾਣਾ। ਆਪਾਂ ਹੁਣ ਚਲੀਏ ਅਤੇ ਵੇਖਦੇ ਹਾਂ ਕੀ ਬਣਦਾ ਅੱਜ। ਅਤੇ ਲਓ ਜੀ, ਆਪਾਂ ਬੈਠੇ ਹੋਏ ਹਾਂ ਇਸ ਵੇਲੇ ਲੋਬੀ ਦੇ ਵਿੱਚ ਅਤੇ ਤਕਰੀਬਨ 7 ਵਜੇ ਦੇ ਕਰੀਬ ਮੈਚ ਸ਼ੁਰੂ ਹੋ ਜਾਣਾ ਆ। ਅਤੇ ਆਪਾਂ ਅੱਜ ਬੈਠਾਂਗੇ ਕਮੈਂਟਰੀ ਦੇ ਵਿੱਚ। 2-3 ਓਵਰ ਕਹਿੰਦੇ ਆ ਵੀ ਤੁਹਾਨੂੰ ਦੇਵਾਂਗੇ, ਬਾਕੀ ਦੇਖੋ ਕੀ ਬਣਦਾ। ਬਾਕੀ ਲਾਈਵ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ, ਥੋੜ੍ਹਾ ਔਖਾ ਹੋ ਜਾਂਦਾ ਯਾਰ ਕੋਈ ਇੱਦਾਂ ਮਾੜੀ ਮੋਟੀ ਗੱਲ ਨਾ ਜਿਹੜੀ ਜਵਾਨ 'ਚੋਂ ਨਾ ਨਿਕਲ ਜਾਵੇ, ਹੈ ਨਾ। ਉਹਦਾ ਡਰ ਤਾਂ ਹੁੰਦਾ ਹੀ ਆ, ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਅੱਜ ਫਿਰ ਆਪਾਂ ਆਪਣੀ ਉਸੇ ਪੁਰਾਣੀ ਜਗ੍ਹਾ 'ਤੇ ਬੈਠੇ ਹਾਂ। ਅਸਲ ਦੇ ਵਿੱਚ ਗੈਸਟ ਰੂਮ ਆ, ਇੱਥੇ ਲੋਬੀ ਟਾਈਪ ਆ, ਇੱਥੇ ਸ਼ੂਟ ਵੀ ਹੁੰਦਾ ਆ। ਅਤੇ ਇੱਥੇ ਕੋਈ ਵੀ ਮਤਲਬ ਆਉਂਦਾ ਆ ਗੈਸਟ ਵਗੈਰਾ ਤਾਂ ਉਹ ਵੀ ਇੱਥੇ ਬੈਠਦਾ ਆਣ ਕੇ। ਆ ਬੈਗ ਬੁੱਗ ਪਏ ਆ ਜਿਹਨਾਂ ਦਾ ਸ਼ੂਟ ਸ਼ਾਟ ਚੱਲਦਾ ਹੋਊਗਾ। ਅਤੇ ਬਈ ਉਹ ਦੇਖ ਲਓ, ਪੁਰਾਣਾ ਵਲੋਗ ਨਹੀਂ ਦੇਖਿਆ ਤਾਂ ਕੱਲ੍ਹ ਦੀ ਦੇਖ ਲਓ, ਆਪਾਂ ਇੱਥੇ ਆਏ ਸੀਗੇ ਕੱਲ੍ਹ। ਉਹ ਉੱਧਰ ਪੋਲਾਂ ਦੇ ਥੱਲੇ, ਇਹ ਉਹ ਪੋਲ ਦੇ ਪਿੱਛੇ, ਉਹ ਉੱਧਰ ਆ ਆਪਣਾ ਹੋਟਲ, ਇਹ ਉਹ ਅਤੇ ਉੱਧਰ ਪਿੱਛੇ ਜੇ ਉੱਥੇ ਕਰਕੇ ਆਪਣਾ ਹੋਟਲ ਆ। ਅਤੇ ਉੱਪਰ ਦੀ ਘੁੰਮ ਕੇ ਉੱਧਰ ਦੀ ਤਾਂ ਫਿਰ ਬੰਦਾ ਇੱਥੇ ਪਹੁੰਚੇ ਆ। ਕੌਫੀ ਕੂਫੀ ਪੀ ਲਈ ਆ, ਇੱਥੇ ਇਹਨਾਂ ਨੇ ਮਸ਼ੀਨ ਲਾਈ ਹੋਈ ਆ ਆਪਣੇ। ਕੌਫੀ ਪੀਣੀ ਆ, ਚਾਹ ਪੀਣੀ ਆ ਅਤੇ ਕੁਛ ਖਾਣਾ ਪੀਣਾ ਵਾ, ਉਹ ਇੱਥੇ ਲੱਗ ਜਾਂਦਾ ਜਗਾਡਮੈਂਟ ਜਿਹਾ, ਖਾ ਪੀ ਲਓ ਅਤੇ ਬਸ ਬਹਿ ਜਾਓ ਡਿੱਠ ਕੇ। 1 ਨੰਬਰ 'ਚ ਆ ਮਾਹੌਲ, 1 ਨੰਬਰ 'ਚ। ਅਤੇ ਮੈਚ ਹੋ ਜਾਣਾ ਸ਼ੁਰੂ, ਇੱਥੇ ਵੀ ਸਾਹਮਣੇ ਵੀ ਦਿਖਦਾ ਰਹਿੰਦਾ ਮੈਚ, ਕਿਉਂਕਿ ਕੱਲ੍ਹ ਵੀ ਮੈਚ ਲੱਗਾ ਸੀ। ਪਰ ਕੱਲ੍ਹ ਤਾਂ ਸ਼ਾਮੀ 6:30-7 ਵੱਜ ਗਏ, ਇੰਨਾ ਰਾਸ਼ ਗੁਰੂ ਆ ਇੱਥੇ। ਇੱਥੇ ਇੱਕ ਕ੍ਰਿਕਟਰ ਦੇਖੇ ਮੈਂ ਯਾਰ, ਮੈਨੂੰ ਨਾਂ ਨਹੀਂ ਪਤਾ ਬਾਈ, ਉਹ ਬੰਦਾ ਛੱਡ ਚੁੱਕਾ ਕ੍ਰਿਕਟ, ਪਰ ਮੈਨੂੰ ਤਾਂ ਖਿਆਲ ਨਹੀਂ ਆਉਣ ਦਿਆ ਕੌਣ ਬੰਦਾ ਸੀਗਾ। ਉਹ ਇੱਥੇ ਬੈਠਾ ਰਿਹਾ, ਵਾਹ ਵਾਹ ਦੇਰ ਕ੍ਰਿਕਟਰ ਸੀ। ਅਤੇ ਇੱਧਰ ਵੀ ਹੋਰ 2-4 ਯੂਟਿਊਬਰ ਬੈਠੇ ਸੀ, ਆਪਣਾ ਸਿਲਸਿਲਾ ਚਲਾ ਰਹੇ ਸੀ ਗੱਲਾਂ ਬਾਤਾਂ ਦਾ। ਅਤੇ 2-4 ਮਾਡਲਾਂ ਮੂਡਲਾਂ ਇੱਧਰ ਫਿਰੀ ਜਾਣ, ਕਦੀ ਮੇਕਅਪ ਕਰੀ ਜਾਣ ਚੰਦਰੇ। ਮੈਨੂੰ ਕਹਿੰਦੇ ਹੋ ਜਾਓ ਤਿਆਰ, ਮੈਂ 5 ਮਿੰਟ ਲਾਏ ਕੁੜਤਾ ਪਜਾਮਾ ਪਾਉਣ ਨੂੰ। ਇੱਦਾਂ ਹੀ ਆ ਫਿਰ, ਬੜਾ ਟਾਈਮ ਨਹੀਂ ਲਾਈਦਾ। ਉਹ ਸਾਹਮਣੇ ਮੁੰਡਾ ਖਲੋਤਾ ਵਾ, ਉਹ ਕਾਲੀ ਸ਼ਰਟ ਵਾਲਾ, ਉਹ ਵੀ ਯੂਟਿਊਬਰ ਆ। ਮੈਂ ਕੱਲ੍ਹ ਤੋਂ ਬਾਹਰ ਨਿਕਲਿਆ ਅਤੇ ਇਹ ਕਹਿੰਦਾ ਮੈਂ ਤੇਰੀ ਭਾਅ ਜੀ ਵੀਡੀਓ ਦੇਖਦਾ ਵਾਂ, ਅਤੇ ਫਿਰ ਆਪਾਂ ਨੂੰ ਬਹੁਤ ਪ੍ਰਾਊਡ ਫੀਲ ਹੋਇਆ। ਅਤੇ ਲਓ ਜੀ, ਆਪਾਂ ਹੁਣ ਬੈਠੇ ਹੋਏ ਗਏ ਲੋਬੀ ਦੇ ਵਿੱਚ ਅਤੇ ਇਸ ਵੇਲੇ ਸਾਹਮਣੇ ਮੈਚ ਚੱਲਣ ਦਿਆ ਵਾ। ਇਹ ਲੋਬੀ ਆ, ਤੁਹਾਨੂੰ ਜਦੋਂ ਪਹਿਲਾਂ ਵੀ ਦੱਸ ਕੇ ਹਟੇ ਹਾਂ, ਇੱਥੇ ਸਾਰੇ ਆਣ ਕੇ ਬਹਿੰਦੇ ਆ। ਮੈਚ ਚੱਲਣ ਦਿਆ ਬੜਾ ਵਧੀਆ, ਤਕਰੀਬਨ 16-17 ਓਵਰ ਹੋ ਚੁੱਕਾ। ਹੁਣ ਉਹ ਕਹਿੰਦੇ ਵੀ ਤੈਨੂੰ ਸੱਦਦੇ ਹਾਂ ਜਦੋਂ ਸ਼ਾਇਦ ਬੈਟਿੰਗ ਆਊਗੀ ਪੰਜਾਬ ਦੀ। ਆ ਇੱਕ ਇਹਨਾਂ ਨੇ ਮੈਨੂੰ ਤੋਹਫਾ ਦਿੱਤਾ ਵਾ ਜੀਓ ਸਿਨੇਮਾ ਦਾ ਵਿੱਚ। ਯਾਰ ਹੁਣ ਮੈਂ ਤੁਹਾਨੂੰ ਕੱਢ ਕੇ ਕਿਵੇਂ ਦਿਖਾਵਾਂ, ਚਲੋ ਮੈਂ ਘਰ ਜਾ ਕੇ ਤੁਹਾਨੂੰ ਦਿਖਾ ਦੂੰਗਾ ਯਾਰ ਕੀ ਹਿਸਾਬ ਦਾ ਵਾ ਇਹਦੇ ਵਿੱਚ। ਯਾਰ ਰੋਕੀ ਚੋ, 1 ਮਿੰਟ ਰੁਕੋ, 1 ਮਿੰਟ ਰੁਕੋ, ਹੁਣ ਨਵੀਂ ਕਲਿੱਪ ਸ਼ੁਰੂ ਕਰਦਾ, ਸਟਾਰਟ ਕਰਦਾ। ਚਲੋ ਯਾਰ, ਇਹ ਕਹਾ ਦਿੱਤਾ ਇਹਨਾਂ ਨੇ ਪੁਰੇ ਵਾਲਾ ਪਰਮਜੀਤ ਜੀਓ ਸਿਨੇਮਾ ਕ੍ਰਿਏਟਰ ਕਲੱਬ, ਅਤੇ ਇੱਕ ਆ ਥੋੜ੍ਹਾ ਕੋਈ ਸਰਟੀਫਿਕੇਟ ਹੋਊਗਾ। ਅਤੇ ਬਾਈ ਆ ਹੈਗੇ ਆ ਸਾਈਨ ਜ਼ਾਹਿਰ ਖਾਨ ਦੇ, ਕ੍ਰਿਕਟਰ ਦੇ, ਅਤੇ ਇਹਦੇ ਪਿੱਛੇ ਬੈਟ ਆ, ਬੈਟ ਉੱਤੇ ਵੀ ਪੁਰੇਵਾਲ ਪਰਮਜੀਤ ਨਾਮ ਬੜਿਆ ਪਿਆ ਇਹਨਾਂ ਨੇ, ਘੈਂਟ ਗੱਲਬਾਤ ਆ। ਅਤੇ ਬਾਈ ਸ਼ਾਮਾਂ ਪੈ ਚੁੱਕੀਆਂ ਅਤੇ ਉਹਦੇ ਸਾਹਮਣੇ ਪੂਰਾ ਜਿਹੜਾ ਆਪਣਾ ਬੰਬੇ ਸ਼ਹਿਰ ਆ, ਆ ਤਾਰਿਆਂ ਨੂੰ ਚਮਕਣ ਦਿਆ। ਅਤੇ ਉਹਨਾਂ ਸਾਹਮਣੇ ਬਿਲਡਿੰਗਾਂ ਦੇਖੀਆਂ ਹੋਵੇ, ਕਦੀ ਇੱਕ ਦੀ ਲੜੀ ਚਮਕਦੀ ਆ, ਕਦੀ ਦੂਸਰੇ ਦੇ ਤਾਰਿਆਂ ਨੂੰ ਚਮਕਦੀ ਆ, ਕਦੀ ਤੀਸਰੇ ਚਮਕਦੀ ਆ, ਸਹੀ ਆ। ਇੱਥੋਂ ਵੇਖਣ 'ਚ ਯਾਰ ਮਾਹੌਲ ਬੜਾ ਘੈਂਟ ਆ, ਅਤੇ ਬਿਲਕੁਲ ਸਾਹਮਣੇ ਹੈਗਾ ਵਾ ਉਹ ਉੱਥੇ ਕਰਕੇ ਦਾਦਰ ਦਾ ਰੇਲਵੇ ਸਟੇਸ਼ਨ। ਮੈਂ ਅੱਜ ਹੀ ਕੈਬ ਡਰਾਈਵਰ ਨੂੰ ਪੁੱਛਿਆ ਜੀ। ਚਲੋ ਜੀ, ਇਸ ਵੇਲੇ ਲਖਨਊ ਨੇ ਖੇਡ ਲਿਆ ਅਤੇ ਹੁਣ ਵਾਰੀ ਹੈਗੀ ਆ ਪੰਜਾਬ ਦੀ, ਅਤੇ ਆਪਾਂ ਚੱਲੇ ਕਮੈਂਟਰੀ ਕਰਨ। ਨਹੀਂ ਕੋਈ ਦਿੱਕਤ ਨਹੀਂ ਭਾਜੀ, ਮੈਂ ਆਪਣੇ ਸ਼ੇਰਾਂ ਨੂੰ ਨਾ ਆਸ਼ੀਰਵਾਦ ਦਿੱਤਾ ਹੋਇਆ ਆ। ਆਹ ਦੇਖੋ, ਸ਼ੇਰ ਦੀ ਪਹਿਲੀ ਦਹਾੜ ਹੈ, ਪਹਿਲੇ ਰਨ ਹੈ, ਸ਼ਿਖਰ ਧਵਨ ਚੌਕਾ। ਹਲਕਾ ਜਿਹਾ ਫੇਰ ਗੇਂਦ ਬਾਹਰ ਨੂੰ ਕੱਢ ਜ਼ਰੂਰ ਰਹੇ ਸੀਗੇ ਸਿਧਾਰਥ, ਪਰ ਇਸ ਸਮੇਂ ਜ਼ੋਰ ਨਹੀਂ, ਇੱਥੇ ਨਜ਼ਾਕਤ ਨਾਲ ਚੌਕਾ ਕੱਢਿਆ ਪੁਆਇੰਟ 'ਤੇ। ਥਰਡ ਮੈਨ ਦੇ ਵਿੱਚੋਂ ਪਹਿਲਾ ਚੌਕਾ ਪੰਜਾਬ ਕਿੰਗਜ਼ ਦੀ ਪਾਰੀ ਦਾ। ਬਾਕੀ ਚਾਚਾ ਜੀ ਸਾਡੇ ਨਾਲ ਬੈਠੇ ਹੈ, ਅਗਲੇ ਓਵਰ ਗੱਲ ਕਰਾਂਗੇ। ਪਹਿਲਾ ਓਵਰ ਸਿਧਾਰਥ ਦੇ ਨਾਂ ਰਿਹਾ।
ਪੰਜ ਬਣੇ ਆ ਬਿਨਾਂ ਨੁਕਸਾਨ ਪੰਜਾਬ ਦੇ। ਤੇ ਬਈ ਆਹ ਹੈਗੇ ਆ ਕਮਰੇ, ਆਹ ਪੰਜਾਬੀ ਕਮੈਂਟਰੀ ਦਾ ਦੇਖੋ ਲਿਖਿਆ ਹੋਇਆ ਉੱਤੇ ਪੰਜਾਬੀ, ਉਹ ਹੈਗਾ ਆ ਮਰਾਠੀ ਅਤੇ ਇੱਧਰ ਭੋਜਪੁਰੀ, ਅਤੇ ਆ ਭੋਜਪੁਰੀ ਜਿਹੜੇ ਅੱਤ ਕਰਾਉਂਦੇ ਹੁੰਦੇ ਨਾ ਉਹ ਇਸ ਕਮਰੇ 'ਚ ਕਰਾਉਂਦੇ ਹੁੰਦੇ ਆ, ਅਤੇ ਉਹ ਦੇਖੋ ਅੰਦਰ ਬੈਠੇ ਹੋਏ ਆ ਕਮੈਂਟਰੀ ਕਰਨ, ਸਾਹਮਣੇ ਟੀ ਵੀ ਚੱਲਦਾ ਵਾ ਇੱਧਰੋਂ ਬੋਲੀ ਦਾ ਆ। ਆਪਾਂ ਕਮੈਂਟਰੀ ਆਪਣੀ ਕਰ ਲਈ ਆ, ਆਪਣਾ ਕੰਮ ਹੋ ਚੁੱਕਾ ਅਤੇ ਸਹੀ ਆ, ਆਪਾਂ ਵਿਹਲੇ ਹੋ ਗਏ ਆਪਣੇ ਕੰਮ ਤੋਂ, ਕਿਉਂਕਿ ਕੰਮ ਪਹਿਲਾਂ ਆਪਣਾ ਜ਼ਰੂਰੀ ਆ ਵੀ ਜਿਹੜਾ ਕੰਮ ਨੂੰ ਕਰਨ ਆਏ ਆ ਨਾ ਉਹ ਹੋ ਜਾਵੇ। ਅਤੇ ਭਾਅ ਜੀ ਇੱਕ ਮਿੰਟ, ਸਰ ਆਕਾਸ਼ ਬਾਈ ਸੁਪਰ ਟੈਲੈਂਟਡ, ਸੁਪਰ ਡੁਪਰ ਟੈਲੈਂਟਡ ਇਹ ਆਕਾਸ਼ ਬਾਈ ਆ, ਇਹਨਾਂ ਨੇ ਆਪਾਂ ਨੂੰ ਸੱਦਿਆ ਬਾਈ ਇੱਥੇ ਸਾਰਾ ਕੁਝ ਇਹਨਾਂ ਵੱਲੋਂ ਆ। ਅਤੇ ਬਾਈ ਇੰਨੀ ਖਾਤਰਦਾਰੀ ਕਰਦੇ ਆ ਨਾ, ਇੰਨਾ ਮੈਂ ਨਹੀਂ ਸੀ ਸੋਚਿਆ ਵੀ ਆਪਾਂ ਨੂੰ ਇੰਨਾ ਫੋਨ ਕਰਕੇ ਵਾਰ ਵਾਰ ਕਹਿਣਗੇ ਵੀ ਬਾਈ ਕੀ ਕੁਛ ਕਰਦੇ ਪਏ ਆ, ਖਾ ਲਿਆ ਪੀ ਲਿਆ, ਬਾਈ ਮਿੰਟ ਮਿੰਟ 'ਤੇ ਫੋਨ ਕਰਦੇ ਸੀਗੇ ਰੋਟੀ ਖਾ ਲਈ ਆ, ਕੀ ਬਣਦਾ ਪਿਆ, ਤੁਹਾਡੇ ਕੋਈ ਆਇਆ ਨਹੀਂ ਆਇਆ, ਮੈਨੂੰ ਹੁਣੇ ਮਿਲੇ ਆ, ਇਹ ਬਹੁਤ ਬਿਜ਼ੀ ਰਹਿੰਦੇ ਆ ਕੰਮ ਕਰ ਤਕੜੇ ਆ। ਅਤੇ ਆ ਇਹਨਾਂ ਦੀ ਬਾਲਕਨੀ ਆ ਬਾਈ, ਮੈਚ ਇਸ ਵੇਲੇ ਚੱਲਣ ਦੇ ਅਤੇ ਸਾਰੇ ਬੰਦੇ ਆਪੋ ਆਪਣੇ ਕੰਮ 'ਤੇ ਲੱਗੇ ਪਏ ਆ। ਆ ਵੇਖੋ ਵੱਖਰੇ ਵੱਖਰੇ ਸਟੂਡੀਓ ਆ, ਵੱਖਰੇ ਵੱਖਰੇ ਸਟੂਡੀਓ ਬਣੇ ਪਏ ਆ, ਅਲੱਗ ਅਲੱਗ ਐਡੀਟਿੰਗ ਚੱਲਦੀ ਇੱਧਰ, ਆ ਵੀ ਸਟੂਡੀਓ ਆ ਉਹਦੇ ਸਾਹਮਣੇ। ਸਹੀ ਆ ਬਾਈ, ਸਭ ਕੁਝ ਸਹੀ ਆ, ਆਪਣਾ ਕੰਮ ਹੋ ਚੁੱਕਾ। ਸਹੀ ਆ ਬਾਈ, ਇੱਥੇ ਆਪਾਂ ਬੈਠੇ ਸੀਗੇ ਅਤੇ ਹੁਣ ਆਪਾਂ ਚੱਲੇ ਹਾਂ। ਆਪਣਾ ਤੋਹਫਾ ਆਕਾਸ਼ ਭਾਈ ਨੇ ਫੜ ਲਿਆ, ਆਪਣਾ ਜਿੰਨਾ ਕੰਮ ਸੀ ਆਪਾਂ ਨੇ ਵੇੜ ਲਿਆ, ਹੁਣ ਆਪਾਂ ਫ੍ਰੀ ਮਾਇੰਡ ਆ, ਘਰ ਹੋਟਲ ਜਾਵਾਂਗੇ, ਰੋਟੀ ਪਾਣੀ ਖਾਵਾਂਗੇ ਅਤੇ ਸੋਵਾਂਗੇ। ਸੋਵਾਂਗੇ ਸ਼ਾਇਦ ਸੋਵਾਂ, ਕਿਉਂਕਿ ਸਵੇਰੇ 3 ਵਜੇ ਆਪਾਂ ਨੂੰ ਹੋਟਲ 'ਚੋਂ ਨਿਕਲ ਜਾਣਾ ਵਾ, ਸਵੇਰੇ ਆਪਣਾ ਜਾਣ ਦਾ ਪ੍ਰਬੰਧ ਰੈਡੀ ਆ। ਆਪਾਂ ਅਨਬੋਕਸਿੰਗ ਕਰਨੀ ਆ ਸਾਥ ਮੈਂ? ਅਨਬੋਕਸਿੰਗ ਤਾਂ ਮੈਨੇ ਜਸਟ ਅਭੀ ਕੀ, ਅਤੇ ਆਪਣੇ ਭਾਅ ਜੀ ਆ ਇਹਨਾਂ ਨੇ ਸੈਨ ਕਰਵਾਏ ਸੀ ਉਹ ਜਿਹੜਾ ਬਕਸਾ ਉਹਦੇ ਉੱਤੇ ਬੈਟ ਦੇ ਉੱਤੇ, ਅਤੇ ਬੜੀ ਘੈਂਟ ਬੰਦੇ ਆ। ਥੈਂਕ ਯੂ, ਹਮੇਸ਼ਾ ਯਾਦ ਰਹਿਣਗੇ। ਅਤੇ ਲਓ ਜੀ ਆਕਾਸ਼ ਬਾਈ ਆਪਣੇ ਨਾਲ ਹੀ ਆ ਗਏ ਸੀ ਗੱਡੀ ਦੇ ਵਿੱਚ। ਬਹੁਤ ਘੈਂਟ ਐਕਸਪੀਰੀਅੰਸ ਰਿਹਾ ਇਹਨਾਂ ਦੇ ਨਾਲ, ਇਹ ਜਦੋਂ ਆ ਗਏ ਐਂ ਲੱਗਾ ਵੀ ਆਪਣਾ ਦੋਸਤ ਕੋਈ ਆਪਣੇ ਨਾਲ ਹੀ ਆ, ਅਤੇ ਕੰਮ 2-4 ਵਾਲਾ ਹੋ ਚੁੱਕਾ ਸੀ। ਹੁਣ ਇਹਨਾਂ ਦੇ ਇੱਥੇ ਸਾਹਮਣੇ ਦਾਦਰ ਰੇਲਵੇ ਸਟੇਸ਼ਨ ਆ, ਮੈਂ ਦੱਸਿਆ ਵੀ ਸੀਗਾ ਨਾ, ਅਤੇ ਇਹਨਾਂ ਨੇ ਹੁਣ ਚੱਲ ਜਾਣਾ ਆਪਣੇ ਘਰ, ਇੱਥੋਂ ਘਰ ਕੋਈ 1.5-1.5 ਘੰਟੇ ਦੀ ਦੂਰੀ 'ਤੇ ਆ। ਠੀਕ ਹੈ ਆਕਾਸ਼ ਬਾਈ, ਓਕੇ, ਠੀਕ ਹੈ ਬਾਈ, ਸ਼ੁਕਰੀਆ, ਸ਼ੁਕਰੀਆ ਬਾਈ, ਸ਼ੁਕਰੀਆ। ਚਲੋ ਬਾਈ ਕਮੈਂਟਰੀ ਕਮੁੰਟਰੀ ਕਰਕੇ ਹੁਣ ਆਪਾਂ ਬਾਈ ਆਕਾਸ਼ ਨੂੰ ਛੱਡ ਕੇ ਨਿਕਲ ਚੁੱਕੇ ਹਾਂ ਆਪਣੇ ਬੰਬੇ ਦੀਆਂ ਗਲੀਆਂ ਦੇ, ਅਤੇ ਬਾਕੀ ਆਹ ਸਬਜ਼ੀ ਸੁਬਜ਼ੀ ਵਿਕਣਦਾ ਹੀ ਆ, ਚੰਗੀ ਸ਼ਾਮ ਨੂੰ ਰੌਣਕ ਮੇਲਾ। ਅਤੇ ਅੱਜ ਦਿਨ ਦਾ ਐਕਸਪੀਰੀਅੰਸ ਵੀ ਬੜਾ ਘੈਂਟ ਸੀ, ਕਿਉਂਕਿ ਘੁੰਮ ਫਿਰ ਲਏ ਵਧੀਆ, ਅਤੇ ਸ਼ਾਮ ਦਾ ਐਕਸਪੀਰੀਅੰਸ ਤਾਂ ਖੈਰ ਸੀਗਾ ਬਹੁਤ ਘੈਂਟ। ਹੋ ਸਕਿਆ ਮੈਂ ਵਲੋਗ ਦੇ ਵਿੱਚ ਕਲਿੱਪਾਂ ਪਾ ਦਿੱਤੀਆਂ ਹੋਣਗੀਆਂ ਕਮੈਂਟਰੀ ਕਰਦਿਆਂ ਦੀਆਂ, ਕਿਉਂਕਿ ਸ਼ੂਟ ਕੀਤੀਆਂ ਸੀ। ਬਾਕੀ ਕਮੈਂਟਰੀ ਦਾ ਐਕਸਪੀਰੀਅੰਸ ਬਹੁਤ ਘੈਂਟ ਰਿਹਾ, ਘੈਂਟ ਸੀਗੇ ਉਹ। ਮੈਨੂੰ ਕਮੈਂਟਰੀ ਵਾਲੇ ਉਸਤਾਦ ਜਿਹੜੇ ਪੰਜਾਬੀ ਦੇ ਵਿੱਚ ਬੋਲਦੇ ਆ ਨਾ, ਉਹ ਮੈਨੂੰ ਕਹਿੰਦੇ ਯਾਰ ਤੂੰ 2-4 ਦਿਨ ਹੋਰ ਰਹਿ ਲਾ। ਮੈਂ ਕਿਹਾ ਜੀ ਮੇਰੀ ਟਿਕਟ ਹੋ ਚੁੱਕੀ ਆ ਸਵੇਰ ਦੀ, ਮੈਂ ਚੱਲ ਜਾਣਾ। ਕਹਿੰਦੇ ਯਾਰ ਤੂੰ 2-4 ਦਿਨ ਹੋਰ ਰਹਿ ਲਾ, ਰੰਗ ਬੰਨ ਦਿੱਤੇ ਸੀ ਚੰਗੇ ਆਪਾਂ। ਅਤੇ ਹਿੰਦੀ ਜਿਹੜੇ ਕਮੈਂਟਰੀ ਕਰਦੇ ਸੀ ਨਾ ਬਾਈ, ਉਹ ਸੋਚ ਸੋਚ ਕੇ ਕਮੈਂਟਰੀ ਕਰਦੇ ਸੀ, ਮਤਲਬ ਉਹ ਸਕ੍ਰਿਪਟਾਂ ਲਿਖਦੇ ਆ ਹਿੰਦੀ ਵਾਲੇ, ਅਤੇ ਉਹ ਤਕਰੀਬਨ 1-1.5 ਘੰਟਾ ਪਹਿਲਾਂ ਬੈਠ ਕੇ ਜਿੱਥੇ ਮੈਂ ਬੈਠਾ ਸੀ ਉੱਥੇ ਬੈਠ ਕੇ ਉਹਦੀ ਪ੍ਰੈਕਟਿਸ ਕਰਦੇ ਆ। ਦੈਨ ਉਸ ਤੋਂ ਬਾਅਦ 'ਚ ਵਾਰੀ ਵਾਰੀ ਕਮਰਿਆਂ ਦੇ ਅੰਦਰ ਜਾਂਦੇ ਆ, ਅਤੇ ਉਹਨਾਂ ਨੇ ਆਪਣੇ ਮੂਹਰੇ ਕਾਗਜ਼ ਰੱਖਿਆ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉੱਥੋਂ ਦੇਖ ਦੇਖ ਕੇ ਕੋਈ ਵੀ ਗੱਲ ਚੁੱਕਦੇ ਆ ਅਤੇ ਉਹ ਬੋਲਦੇ ਆ। ਆਪਾਂ ਬਾਈ ਪੰਜਾਬੀ ਵਾਲਿਆਂ ਨੇ ਮੈਂ ਦੇਖਿਆ ਕੁਛ ਵੀ ਨਹੀਂ ਲਿਖਿਆ, ਉਹਨਾਂ ਨੇ ਕੋਈ ਇੱਕ ਅੱਧੀ ਚੀਜ਼ ਇੱਦਾਂ ਦੀ ਰੱਖੀ ਹੋਣੀ, ਪੜ੍ਹਦੇ ਤਾਂ ਕਿਤੋਂ ਵੀ ਨਹੀਂ ਪਏ ਸੀ ਉਹ, ਮਤਲਬ ਉਹਨਾਂ ਦੀ ਇੱਦਾਂ ਹੀ ਸਕਰੀਨ ਚੱਲਣ ਦੀ ਆ, ਉੱਥੋਂ ਬਸ ਦੇਖ ਕੇ ਤਾਂ ਬੋਲ ਰਹੇ ਆ। ਅਤੇ ਬਾਈ ਉਹਨਾਂ ਨੇ ਚੋਖਾ ਮੌਕਾ ਦਿੱਤਾ ਆਪਾਂ ਨੂੰ ਬੋਲਣ ਦਾ, ਘੈਂਟ ਸੀ ਓਵਰਆਲ ਐਕਸਪੀਰੀਅੰਸ ਬੰਬੇ ਦਾ, ਬੰਬੇ ਬਹੁਤ ਚੰਗਾ ਸੀ। ਲਓ ਜੀ ਆਪਾਂ ਉਹ ਫਲਾਈਓਵਰ ਛੱਡ ਕੇ ਅਤੇ ਇਸ 'ਤੇ ਚੜ੍ਹ ਗਏ ਹਾਂ, ਇੱਧਰਲੇ ਬੰਨੇ ਸਮੁੰਦਰ ਆ ਆਪਣੇ ਦੂਏ ਬੰਨੇ, ਅਤੇ ਆਪਾਂ ਜਦੋਂ ਸਵੇਰੇ ਲੰਘ ਕੇ ਆਏ ਹਾਂ ਇੱਧਰ ਦੀ ਹੋਏ ਸੀ ਉਬਰ ਉਬਰ ਦੇ ਵਿੱਚ ਦੀ, ਅਤੇ ਬਾਈ ਬੜਾ ਸੋਹਣਾ ਬਣਾਇਆ ਹੋਇਆ। ਰਾਤ ਦਾ ਵਿਊ ਥੋੜ੍ਹਾ ਜਿਹਾ ਥੋੜ੍ਹਾ ਕਿ ਬੜਾ ਹੀ ਜ਼ਿਆਦਾ ਅਲੱਗ ਹੁੰਦਾ ਅਤੇ ਦਿਨ ਦੇ ਨਾਲੋਂ। ਅਤੇ ਜਿਵੇਂ ਅੱਜ ਆਪਣੇ ਉਬਰ ਵਾਲਾ ਬਾਈ ਆਪਾਂ ਨੂੰ ਜਿੱਦਾਂ ਸਾਰਾ ਕੁਝ ਦਿਖਾਉਣ ਦਿਆ ਸੀਗਾ ਹੈ ਨਾ, ਅਤੇ ਉਹਨੇ ਵੀ ਵਾਹਵਾ ਐਕਸਪਲੋਰ ਕਰਵਾ ਦਿੱਤਾ, ਮਤਲਬ ਵਧੀਆ ਬੰਦੇ ਚੰਗੇ ਮਿਲੀ ਗਏ, ਵਧੀਆ ਰਹੂਗਾ ਹਮੇਸ਼ਾ ਯਾਦਗਾਰ ਰਹੂਗਾ ਆਹ ਸਫ਼ਰ ਆਪਣਾ। ਅਤੇ ਹੁਣ ਆਪਾਂ ਚੱਲੇ ਹਾਂ ਹੋਟਲ, 10:30 ਹੋ ਚੁੱਕੇ ਆ, ਅਤੇ ਆਪਣੇ ਓਮਕਾਰ ਅੰਕਲ ਹੁਣਾਂ ਨੇ ਦੱਸਿਆ ਵੀ ਆਪਾਂ ਨੂੰ 2:45 'ਤੇ ਆਪਾਂ ਹੋਟਲ 'ਚੋਂ ਨਿਕਲ ਜਾਣਾ ਆ, ਅਤੇ ਸਵੇਰੇ 5 ਵਜੇ ਦੀ ਮੇਰੀ ਫਲੈਟ ਆ, ਆਪਾਂ ਮੁੜ ਜਾਣਾ ਵਾਪਸ। ਸਹੀ ਆ ਬਾਈ। ਚਲੋ ਬਾਈ ਆਪਾਂ ਪਹੁੰਚ ਚੁੱਕੇ ਹਾਂ ਇਸ ਵੇਲੇ ਹੋਟਲ ਦੇ ਵਿੱਚ, ਅਤੇ ਉਹ ਜਿਹੜਾ ਆਪਾਂ ਨੂੰ ਡੱਬਾ ਮਿਲਿਆ ਸੀਗਾ ਨਾ ਗਿਫਟ ਵਜੋਂ, ਉਹ ਆਪਾਂ ਗੱਡੀ 'ਚ ਹੀ ਰਹਿਣ ਦਿੱਤਾ। ਮੈਂ ਕਿਹਾ ਕਿੱਥੇ ਲੈ ਕੇ ਜਾਊਂਗਾ, ਕਮਰੇ ਦੇ ਅੰਦਰ, ਅਤੇ ਫਿਰ ਆਪਾਂ ਸਵੇਰ ਨੂੰ ਚੱਕਦੇ ਫਿਰਾਂਗੇ, ਲੈ ਕੇ ਤਾਂ ਆਪਾਂ ਏਅਰਪੋਰਟ 'ਤੇ ਜਾਣਾ ਵਾ, ਅਤੇ ਇਸ ਕਰਕੇ ਆਪਾਂ ਸਵੇਰੇ ਕਰ ਲਵਾਂਗੇ ਸਾਰਾ ਪ੍ਰਬੰਧ। ਅਤੇ ਬਾਈ ਆਪਾਂ ਖਾਣ ਪੀਣ ਆ ਚੁੱਕੇ ਹਾਂ, ਅਤੇ ਕੱਲ੍ਹ ਉਹਨਾਂ ਨੇ ਬ੍ਰੈਡ ਜੀ ਦਿੱਤੇ ਸੀਗੇ, ਅੱਜ ਪਾਪੜ ਦਿੱਤੇ ਆ, ਇਹਨੂੰ ਸਟਾਰਟਰ ਕਹਿੰਦੇ ਆ, ਇਹਨਾਂ ਦਾ ਕੋਈ ਪੈਸਾ ਨਹੀਂ ਹੁੰਦਾ, ਇਹ ਐਵੇਂ ਮੂੰਹ ਮਾਰਨ ਨੂੰ ਦਿੱਤੇ ਆ।
ਪਾਣੀ ਦੀ ਬੋਤਲ ਦੇ ਵਿੱਚ ਪਾਣੀ ਆਪ ਪਾ ਕੇ ਦਿੰਦੇ ਆ ਬਸ ਅੱਜ ਲੱਲੇ ਪੱਪੇ ਇਹਨਾਂ ਦੇ ਕੋਲ ਹੋਰ ਤਾਂ ਕੁਛ ਨਹੀਂਗਾ ਆਪਾਂ ਅੱਜ ਮੰਗਵਾਇਆ ਬਰਗਰ ਸਵੇਰੇ ਪਾਸਤਾ ਖਾਧਾ ਸੀ ਮੈਂ ਕਿਹਾ ਬਰਗਰ ਖਾਈਏ ਕਿਉਂਕਿ ਬਸ ਹੁਣ ਆਪਾਂ ਸਵੇਰੇ ਰਵਾਨਾ ਹੋ ਜਾਣਾ ਵਾ ਅਤੇ ਪਤਾ ਨਹੀਂ ਕੀ ਹਿਸਾਬ ਹੋਊਗਾ ਅਤੇ ਮੀਟ ਤੋਂ ਮੈਂ ਦੋ ਮੰਗਵਾਏ ਆ ਗੁਰੂਆ ਇਹ ਬੜੇ ਸਵਾਦ ਸੀ ਮਤਲਬ ਇਹ ਤਾਂ ਮੈਂ ਕੱਲ੍ਹ ਦਾ ਆਇਆ ਵਾਂ ਅਤੇ ਕੱਲ੍ਹ ਦਾ ਇਹੀ ਪੀਣ ਦਿਆਂ ਅਤੇ ਨਿਰੀ ਅੱਗ ਮੈਂ ਕਿਹਾ ਦੋ ਲਿਆਓ ਤੁਸੀਂ ਜਾਓ ਭੈਣ ਦਿਓ ਵੀਰੋ ਅਤੇ ਆਹ ਨਾਲ ਸੁੱਕੇ ਆਲੂ ਉੱਤੇ ਲੂਣ ਜਿਹਾ ਛਿੜਕਾ ਕੇ ਦੇ ਗਏ ਆ ਮੈਂ ਖਾ ਲਵਾਂ ਉੱਚਾ ਬੜਾ ਸੀ ਇੱਥੇ ਤੀਕਰ ਹੀ ਮੈਂ ਇਹਨੂੰ ਥੋੜ੍ਹਾ ਛੋਟਾ ਕੀਤਾ ਫਿਰ ਗੱਲ ਜੀ ਬਣੀ ਆ ਅਤੇ ਬਾਈ ਜੀ ਸਮਾਂ ਹੋ ਚੁੱਕਾ ਰਾਤ ਦੇ ਤਕਰੀਬਨ 2:30 ਵੱਜ ਚੁੱਕੇ ਆ ਅਤੇ ਟੈਕਸੀ ਵਾਲਾ ਬਾਈ ਆਪਣਾ ਥੱਲੇ ਆ ਚੁੱਕਾ ਕਿਉਂਕਿ ਆਪਾਂ ਨਿਕਲਣਾ ਵਾ ਥੋੜ੍ਹਾ ਜਿਹਾ ਲੇਟ ਹੀ ਹਾਂ ਪਰ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਮੈਂ ਥੋੜ੍ਹਾ ਸਮਾਨ ਚੈੱਕ ਕਰ ਲਈਏ ਪੱਗ ਬੰਨੀ ਇੱਕਦਮ ਜਾ ਖੁੱਲ੍ਹੀ ਮੇਰੀ ਮੈਨੂੰ ਫੋਨ ਆਏ ਉੱਥੋਂ ਘਰੋਂ ਵੀ ਉੱਠ ਜਾ ਮੈਂ ਕਿਹਾ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਠਾਲ ਦਿਓ ਮੈਂ ਸਮਾਨ ਸਮੂਨ ਚੈੱਕ ਕਰ ਲਈਏ ਅਤੇ ਠੀਕ ਆ ਜੀ ਆਪਾਂ ਇਸ ਕਰਦੇ ਹਾਂ ਰੂਮ ਨੂੰ ਅਲਵਿਦਾ ਅਤੇ ਜਲਦੀ ਮਿਲਾਂਗੇ ਇਸ ਕਮਰੇ ਨੂੰ ਫਿਰ ਦੁਬਾਰਾ ਕਦੀ ਲਾਈਫ ਦੇ ਵਿੱਚ ਅਤੇ ਹੁਣ ਆਪਾਂ ਚੱਲੀਏ ਆਪਾਂ ਸਮਾਨ ਸਮੂਨ ਸਾਰਾ ਪੈਕ ਕਰ ਲਿਆ ਵਾ ਅਤੇ ਨਿਕਲੀਏ ਅਤੇ ਬਾਈ ਸਹੀ ਆ ਬਾਈ ਤਿਆਰ ਹੋ ਗਏ ਆਪਾਂ ਟਾਈਮ ਸਿਰ ਅਤੇ ਚੱਲੀਏ ਕਿਉਂਕਿ ਆਪਣੀ ਫਲਾਈਟ ਆ ਅਤੇ ਆਪਾਂ ਟਾਈਮ ਸਿਰ ਉੱਪੜ ਜਾਈਏ ਕੋਈ ਚੰਗਾ ਰਹੂਗਾ ਉਹ ਬਾਈ ਖੁੱਲ੍ਹ ਜਾ ਅਤੇ ਲਓ ਬਾਈ ਆਪਾਂ ਆ ਚੁੱਕੇ ਹਾਂ ਸਾਡੇ ਹੋਟਲ ਦੇ ਬਾਹਰ ਗੱਡੀ ਵਾਲਾ ਆਪਣਾ ਉਸਤਾਦ ਅੰਕਲ ਕਹਿੰਦਾ ਵੀ ਮੈਂ ਇੱਥੇ ਆ ਜਾਂਦਾ ਵਾਂ ਅਤੇ ਬਾਈ ਰਾਤ ਤਕਰੀਬਨ 2:30 ਵੱਜ ਚੁੱਕੇ ਆ ਅਤੇ ਬਾਈ ਲੋਕ ਹਜੇ ਤੀਕਰ ਨਹੀਂ ਸੌਂਦੇ ਹੈ ਮੈਂ ਤਾਂ ਇਹ ਗੱਲੋਂ ਹੈਰਾਨ ਹਾਂ ਵੀ ਤੁਰੇ ਕਿੱਧਰ ਨੂੰ ਅੱਧੀ ਰਾਤ ਨੂੰ ਅਤੇ ਮੈਂ ਕੱਲ੍ਹ ਸਵੇਰੇ ਟੈਕਸੀ ਵਾਲੇ ਨੂੰ ਪੁੱਛਿਆ ਵੀ ਸੀਗਾ ਕੱਲ੍ਹ ਆਪਣੇ ਬਾਈ ਨੂੰ ਅਤੇ ਉਹਨੇ ਮੈਂ ਦੱਸਿਆ ਕਹਿੰਦਾ ਵੀ ਯਾਰ ਬਾਈ ਰਾਤ ਨੂੰ ਲੋਕ ਇੱਥੇ ਟਿਕ ਜਾਂਦੇ ਆ ਇੱਦਾਂ ਨਾਈਟ ਲਾਈਫ ਇੰਨੀ ਹੈ ਨਹੀਂ ਗੀ ਸਹੀ ਆ ਐਵੇਂ ਲੋਕ ਕਹਿੰਦਾ ਕਹਿੰਦੇ ਆ ਵੀ ਨਾਈਟ ਲਾਈਫ ਬਾਈ ਹੈ ਨਹੀਂ ਇਹਨਾਂ ਹਿਸਾਬ ਦਾ ਪਰ ਇਹ ਜੰਦਰੇ ਵੇਖ ਦੱਸ ਰਾਤ 2-3 ਵਜੇ ਤੁਸੀਂ ਸੋਵੋ ਵੀ ਸਵੇਰੇ 8-9 ਵਜੇ ਉੱਠੋ ਫਿਰ ਤੋਂ ਤਸੱਲੀ ਨਾਲ ਜਾਓ ਘੁੰਮਣ ਫਿਰਨ ਛਦਾਈ ਆ ਯਾਰ ਲੋਕ ਕੋਈ ਹਾਲ ਹੀ ਹੈ ਨਹੀਂਗਾ ਅਤੇ ਇਹ ਗੱਲ ਹੋਰ ਬਾਈ ਆਪਣਾ 6,000 ਰੁਪਈਏ ਦਾ ਖਾਣ ਪੀਣ ਮਿਲਿਆ ਸੀ ਸਾਰਾ ਤੁਸੀਂ 6,000 ਵਿੱਚ ਖਾ ਵੀ ਸਕਦੇ ਹਾਂ ਅਤੇ 1700 ਰੁਪਈਏ ਉੱਤੇ ਟੱਪ ਗਿਆ ਸੀ ਤਾਂ ਮੇਰਾ ਦਿਲ ਤੋੜਤਾ ਚੰਦਰੇ ਨੇ ਮੈਂ ਵਾਪਸ ਲੈ ਕੇ ਹੱਟਣੇ ਆ ਆਪਣੇ ਅੰਕਲ ਦੀ ਗੱਡੀ ਆ ਚੁੱਕੀ ਆ ਅਤੇ ਆਪਾਂ ਚੱਲੀਏ ਹੁਣ ਅਤੇ ਆਪਣਾ ਜਿਹੜਾ ਤੋਹਫ਼ਾ ਆ ਜੀਓ ਸਿਨੇਮਾ ਨੇ ਦਿੱਤਾ ਹੋਇਆ ਉਹ ਵੀ ਇਹਦੇ ਵਿੱਚ ਹੀ ਪਿਆ ਆ ਅਤੇ ਲਓ ਜੀ ਆਪਣਾ ਤੋਹਫ਼ਾ ਅਤੇ ਆਹ ਸਾਹਮਣੇ ਹੈਗਾ ਆ ਬੰਬੇ ਦਾ ਏਅਰਪੋਰਟ ਅਤੇ ਇਹ ਹੈਗਾ ਟਰਮੀਨਲ 2 ਜਿੱਧਰ ਉਹਦੀ ਆਪਾਂ ਆਏ ਸੀ ਉਹ ਸੀਗਾ ਟਰਮੀਨਲ 1 ਅਤੇ ਆਪਾਂ ਹੁਣ ਚੱਲੀਏ 3:30 ਹੋ ਚੁੱਕੇ ਆ ਆਪਣੇ ਕੋਲ ਸਮਾਂ ਬਹੁਤ ਪਿਆ ਆ ਆਪਾਂ ਸਿਰਫ ਡਰਾਈਵਰ ਅੰਕਲ ਕਰਕੇ ਥੋੜ੍ਹਾ ਜਿਹਾ ਖਿੱਚ ਕੇ ਕੰਮ ਕੀਤਾ ਨਹੀਂ ਤਾਂ ਮੈਂ ਹੋਰ ਘੰਟੇ ਨੂੰ ਆ ਜਾਂਦਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਹੁਣ ਆਪਾਂ ਚੱਲੀਏ ਮਾੜੇ ਅੰਦਰ ਵੜ ਜਾਈਏ ਬਹਿ ਬੂ ਕੇ ਥੋੜ੍ਹਾ ਸਾਹ ਲਈਏ ਮਾੜੀ ਅੱਖ ਲਾ ਲਵਾਂਗੇ ਕਿਉਂਕਿ ਥੱਕਿਆ ਜਿਹਾ ਹੋਇਆ ਮੈਂ ਇੰਨੀ ਨੀਂਦ ਨਹੀਂ ਪੂਰੀ ਹੋਈ ਲੈ ਬਈ ਆਪਾਂ ਆ ਚੁੱਕੇ ਹਾਂ ਥੱਲੇ ਉੱਥੇ ਗਾਂ ਜਾ ਕੇ ਆਪਾਂ ਬਹਿ ਜਾਣਾ ਵਾ ਅਤੇ ਅੰਮ੍ਰਿਤਸਰ ਵਾਲੇ ਏਅਰਪੋਰਟ 'ਤੇ ਤਾਂ ਗੁਰੂਆ ਕੁਝ ਵੀ ਨਹੀਂ ਹੈਗਾ ਇੱਥੇ ਤਾਂ ਪੂਰਾ ਰੌਣਕ ਮੇਲਾ ਲੱਗਿਆ ਪਿਆ ਵਾ ਸਹੀ ਆ ਮੈਨੂੰ ਉੱਥੇ ਇੱਕ ਭਾਈ ਨੇ ਦੱਸਿਆ ਸੀ ਕਹਿੰਦਾ ਤੁਸੀਂ ਉੱਥੇ ਜਾਓਗੇ ਨਾ ਮੁੰਬਈ ਕਹਿੰਦਾ ਜਿਹੜਾ ਟਰਮੀਨਲ 2 ਆ ਉਹ ਬਹੁਤ ਜ਼ਿਆਦਾ ਖਰਾਬ ਆ ਟਰਮੀਨਲ 1 ਉਹਨੇ ਦੀਦੀ ਨੇ ਦੱਸਿਆ ਸੋਰੀ ਜਿਹੜੀ ਜਹਾਜ਼ 'ਚ ਜਿਹਨਾਂ ਦੇ ਨਾਲ ਬਹਿ ਕੇ ਆਉਂਦੇ ਆ ਟਰਮੀਨਲ 1 ਵਿੱਚ ਵਾਕਈ ਉੱਥੇ ਇੰਨਾ ਕੁਝ ਹੈ ਨਹੀਂ ਸੀ ਟਰਮੀਨਲ 2 'ਚ ਵਾਵਾ ਕੁਛ ਮਿਲ ਗਿਆ ਦੇਖਣ ਨੂੰ ਸਾਰਾ ਕੁਝ ਹੀ ਆ ਦੇਖਣ ਨੂੰ ਅਤੇ ਹੁਣੇ ਆਪਾਂ ਨੂੰ ਉੱਤੇ ਆਪਣੇ ਪੰਜਾਬੀ ਬੰਦੇ ਮਿਲੇ ਸੀਗੇ ਉਹ ਆਉਂਦੇ ਸੀਗੇ ਗੋਆ ਤੋਂ ਕਹਿੰਦੇ ਆਪਾਂ ਟਿਕਟਾਂ ਕਰਾਈਆਂ ਸੀਗੀਆਂ ਟ੍ਰੇਨ ਦੀਆਂ ਅਤੇ ਆਉਂਦਿਆਂ ਦੀਆਂ ਹੋਈਆਂ ਨਹੀਂ ਕਨਫਰਮ ਖੜ੍ਹੇ ਪੈਰ ਕਰਵਾਈ ਟਿਕਟ ਜਾਣ ਦੀ ਆਪਣੇ ਲੁਧਿਆਣੇ ਦੇ ਸੀਗੇ ਅਤੇ ਕਹਿੰਦੇ ਵੀ ਖੜ੍ਹੇ ਪੈਰ ਟਿਕਟ ਕਰਵਾਈ ਆ ਗੋਆ ਤੋਂ ਬੰਬੇ ਬੰਬੇ ਤੋਂ ਦਿੱਲੀ ਅਤੇ ਦਿੱਲੀਓਂ ਔਨ ਰੋਡ ਲੁਧਿਆਣੇ ਪਹੁੰਚਣਾ ਇਸ ਕਰਕੇ ਕਿਤੇ ਵੀ ਜਾਓ ਤਾਂ ਟਿਕਟ ਕਨਫਰਮ ਹੋਣੀ ਬਹੁਤ ਜ਼ਰੂਰੀ ਆ ਅਤੇ ਆਹ ਵੇਖੋ ਉਸਤਾਦ ਜੀ ਕ੍ਰੀਏਟੀਵਿਟੀ ਬੜੀ ਹੈ ਇੱਥੇ ਮੈਂ ਵੇਖੀ ਆ ਏਅਰਪੋਰਟ 'ਤੇ ਚਲੋ ਜੀ ਆਪਣਾ ਜਹਾਜ਼ ਆ ਚੁੱਕਾ ਵਾ ਅਤੇ ਹੁਣ ਆਪਾਂ ਚੱਲੀਏ ਥਕਾਵਟ ਬਹੁਤ ਹੋ ਚੁੱਕੀ ਆ ਅਤੇ ਟਾਈਮ ਸਿਰ ਪਹੁੰਚੀਏ ਸਹੀ ਆ ਬਾਈ ਇਹਦਾ ਇੰਜਣ ਉਂਜਣ ਸਟਾਰਟ ਹੀ ਆ ਅਤੇ ਹੁਣੇ ਮੈਂ ਤਸੱਲੀ ਨਾਲ ਵੇਖਿਆ ਵੀ ਇਹਦਾ ਬਹੁਤ ਹੀ ਜਹਾਜ਼ ਖਲੋਤੇ ਹੀ ਉੱਦਣ ਜਿੱਦਣ ਮੈਂ ਆਇਆ ਸੀਗਾ ਨਾ ਉੱਦਣ ਇਹਦਾ ਧਿਆਨ ਨਹੀਂ ਦਿੱਤਾ ਅਤੇ ਅੱਜ ਵੇਖਿਆ ਮੈਂ ਚੌਖੇ ਜਹਾਜ਼ ਖਲੋਤੇ ਇਹਨਾਂ ਕੋਲ ਬਾਈ ਮੈਂ ਬਹਿ ਚੁੱਕਾ ਆਪਣੀ ਸੀਟ 'ਤੇ ਸੀਟ ਉਹਨਾਂ ਨੇ ਮੈਨੂੰ ਪੁੱਛੀ ਸੀ ਮੈਂ ਕਿਹਾ ਮੈਨੂੰ ਵਿੰਡੋ ਵਾਲੀ ਦੇ ਦਿਓ ਅਤੇ ਵਿੰਡੋ ਵਾਲੀ ਸੀਟ ਮਿਲ ਗਈ ਆ ਉਹਨਾਂ ਨੇ ਪੁੱਛਿਆ ਵਿੰਗਸ ਦੇ ਅੱਗੇ ਚਾਹੀਦੀ ਹੈ ਕਿ ਪਿੱਛੇ ਚਾਹੀਦੀ ਮੈਂ ਕਿਹਾ ਵਿੰਗਸ ਦੇ ਉੱਤੇ ਦੇ ਦਿਓ ਵਿੰਗਸ ਤੋਂ ਥੋੜ੍ਹੀ ਜਿਹੀ ਪਿੱਛੇ ਮਿਲੀ ਆ ਪਰ ਸਹੀ ਆ ਉਹ ਸਾਹਮਣੇ ਏਅਰ ਇੰਡੀਆ ਦਾ ਜਹਾਜ਼ ਖਲੋਤਾ ਸੀ ਅਤੇ ਆਪਾਂ ਜਦੋਂ ਆਏ ਸੀ ਨਾ ਤਾਂ ਉਹ ਉੱਧਰ ਦੀ ਆਏ ਸੀ ਉਹ ਸਾਹਮਣੇ ਆ ਜਿਹੜਾ ਟਰਮੀਨਲ ਉਹ ਟਰਮੀਨਲ 1 ਆ ਜਿੱਧਰ ਦੀ ਆਪਾਂ ਹੁਣ ਆਏ ਉਹ ਟਰਮੀਨਲ 2 ਆ
ਹੀ ਸਾਹਮਣੇ ਰਾਜਾ ਸੰਸੀ ਏਅਰਪੋਰਟ ਕਹਿੰਦੇ ਆ ਨਾ ਤਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਲੋਕ ਵੀ ਦਰਸ਼ਨ ਕਰਨ ਆਏ ਹੋਏ ਆ ਸਹੀ ਆ ਬਈ ਇਹ ਪਹਿਲਾ ਏਅਰਪੋਰਟ ਆ ਜਿੱਥੇ ਗੁਰੂ ਘਰ ਬਣਿਆ ਹੋਇਆ ਅਤੇ ਮੈਂ ਸੌਂ ਗਿਆ ਸੀਗਾ ਅੱਧੇ ਘੰਟੇ ਪਹਿਲਾਂ ਉੱਠਿਆ ਅਤੇ ਨੀਂਦ ਬਹੁਤ ਆਈ ਪਈ ਆ ਅਤੇ ਲਓ ਜੀ ਸਾਰੇ ਨਿਕਲ ਚੁੱਕੇ ਆ ਹੁਣ ਆਪਾਂ ਉੱਠੇ ਹਾਂ ਤਸੱਲੀ ਦੇ ਨਾਲ ਅਤੇ ਸੌਦਾ ਪੱਤਾ ਲਾਈਏ ਅਤੇ ਚਲੀਏ ਆ ਪਿਆ ਆਪਣਾ ਸੌਦਾ ਪੱਤਾ ਪਤੰਦਰ ਨੇ ਹਾਲੇ ਤੀਕਰ ਬੰਦ ਨਹੀਂ ਕੀਤਾ ਇਹਨੂੰ ਬੰਦ ਕਰ ਲਾ ਐਵੇਂ ਤੇਲ ਫੂਕੀ ਜਾਂਦਾ ਤੂੰ ਅਤੇ ਲੈ ਬਾਈ ਬੰਦੇ ਨੇ ਬੱਸ ਨੂੰ ਝੁਕਾ ਦਿੱਤਾ ਥੱਲੇ ਨੂੰ ਆ ਥੋੜ੍ਹੀ ਜਿਹੀ ਨੀਵੀਂ ਹੋ ਗਈ ਕਿਉਂਕਿ ਬਜ਼ੁਰਗਾਂ ਨੇ ਚੜ੍ਹਨਾ ਸੀ ਸਹੀ ਇੱਦਾਂ ਦੀਆਂ ਕਾਫੀ ਨੌਲੇਜਾਂ ਜਿਹੜੀਆਂ ਬੰਦੇ ਨੂੰ ਆ ਕੇ ਮਿਲਦੀਆਂ ਇੱਕ ਬੱਸ ਸਾਹਮਣੇ ਆ ਉਹ ਚਲ ਗਈ ਅਤੇ ਆਪਾਂ ਇੱਥੇ ਬਹਿ ਜਾਂਦੇ ਹਾਂ 5 ਮਿੰਟ ਲਈ ਕਿਉਂਕਿ ਹੁਣ ਸਵਾਰੀਆਂ ਹੈ ਨਹੀਂ ਗੀਆਂ ਸਵਾਰੀਆਂ ਸਾਰੀਆਂ ਪਹਿਲੀ ਬੱਸ ਵਿੱਚ ਲੰਘ ਗਈਆਂ ਮੈਂ ਕਿਹਾ ਜਾਓ ਤੁਸੀਂ ਕਾਲੇ ਆ ਨਾ ਬਹੁਤੇ ਕਾਲੇ ਆ ਨਾ ਇੱਦਾਂ ਹੁੰਦਾ ਅਤੇ ਆਹ ਦੇਖਿਓ ਬੀਬੀ ਜੀ ਨੂੰ ਚੜ੍ਹਾ ਦੇਣਾ ਅਗਲਿਆਂ ਦੇ ਉੱਤੇ ਜਿਹੜੇ ਬਜ਼ੁਰਗ ਹੁੰਦੇ ਆ ਜਿਹਨਾਂ ਲਈ ਔਖਾ ਹੁੰਦਾ ਵਾ ਚੜ੍ਹਨਾ ਉਹਨਾਂ ਲਈ ਔਰ ਦੇਖੋ ਸੁੱਟ ਲਿਓ ਵੀ ਇਹਨੇ ਫੱਟਾ ਜਿਹਾ ਅਤੇ ਹੁਣ ਉੱਪਰ ਚੜ੍ਹਾਊਗਾ ਬਸ 4-5 ਸਵਾਰੀਆਂ ਰਹਿ ਗਈਆਂ ਸੀ ਆਪਾਂ ਆਉਣਾ ਜੀ ਸੀਗੇ ਅਤੇ ਆ ਖਲੋਤਾ ਆਪਣਾ ਬੰਬੂ ਗਾਟ ਇੱਧਰ ਮੁੰਡੇ ਪਹੁੰਚ ਚੁੱਕੇ ਆ ਮੈਂ ਇਹਨਾਂ ਤੋਂ ਪਹਿਲਾਂ ਬੰਬੇ ਤੋਂ ਪੰਜਾਬ ਪਹੁੰਚ ਗਿਆ ਅਤੇ ਇਹ 1 ਘੰਟਾ ਲੇਟ ਆ ਇਹਦੇ ਨਾਲ 1 ਘੰਟਾ ਮੈਨੂੰ ਉਹ ਉੱਥੇ ਖਿਲਾਰੀ ਰੱਖਿਆ ਭਾਜੀ ਵੀ ਆ ਗਏ ਆ ਚਾਰ ਹੋਰ ਭਾਜੀ ਕਿੱਦਾਂ ਚਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਘਰੇ ਅਤੇ ਇੱਧਰ ਭਿਟਰੀ ਵੇਖਣ ਦੀ ਆ ਵੀ ਮੇਰੇ ਲਈ ਕੀ ਲੈ ਕੇ ਆਇਆ ਜੋਤ ਹੁਣਾਂ ਨੇ ਅੱਜ ਮੈਨੂੰ ਚੰਗਾ ਇੰਤਜ਼ਾਰ ਕਰਵਾਇਆ ਅਤੇ ਆ ਹੁਣ ਬਕਸਾ ਬੁਕਸਾ ਖੋਲ੍ਹ ਕੇ ਅਤੇ ਆਪਣਾ ਕਰਨ ਦੇ ਆ ਚਾਹ ਪੂਰਾ ਅਤੇ ਬਾਈ ਇੱਧਰ ਇਹਨੂੰ ਆਪਣਾ ਸਟੂਡੀਓ ਦਾ ਜਿਹੜਾ ਸ਼ਿੰਗਾਰ ਬਣਾਵਾਂਗੇ ਠੀਕ ਹੈ ਜੀ ਇਹ ਵਲੋਗ ਅਤੇ ਆਪਣੀ ਬੰਬੇ ਦੀ ਆਈ ਪੀ ਐਲ ਵਾਲੀ ਜਰਨੀ ਇੱਥੇ ਖਤਮ ਕਰਦੇ ਹਾਂ ਨਵਾਂ ਵਲੋਗ ਜਲਦੀ ਆਉਣਗੇ ਬਹੁਤ ਘੈਂਟ ਘੈਂਟ ਕੰਟੈਂਟ ਆਪਾਂ ਲੈ ਕੇ ਆ ਰਹੇ ਹਾਂ ਅਤੇ ਦੋਵੇਂ ਚੈਨਲ ਆ ਜੀ ਆਪਣੇ ਪੂਰੇ ਵਾਲ ਪਰਮਜੀਤ ਅਤੇ ਪੂਰੇ ਵਾਲ ਵਲੋਗ ਦੋਵੇਂ ਸਬਸਕ੍ਰਾਈਬ ਕਰ ਲਿਓ ਜੇਕਰ ਨਵੇਂ ਆਏ ਇਸ ਚੈਨਲ 'ਤੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਜਲਦੀ ਮਿਲਦੀ ਇੱਕ ਹੋਰ ਨਵੇਂ ਅਤੇ ਘੈਂਟ ਜਿਹੇ ਵਲੋਗ ਦੇ ਵਿੱਚ ਅਤੇ ਤਦ ਤੱਕ ਲਈ ਰੱਬ ਰਾਖਾ ਬਾਏ ਬਾਏ ਟਾਟਾ ਸੀ ਯੂ ਲਵ ਯੂ